ਤੁਸੀਂ ਦੱਸ ਦਿਓ ਜੀ ਕੀ ਨਾਮ ਆ ਤੁਹਾਡਾ, ਕੀ ਅਹੁਦਾ ਵਾ, ਅੱਜ ਜਿਹੜਾ ਰੋਸ ਮਾਰਚ ਕੱਢਿਆ ਜਾ ਰਿਹਾ ਕਿਹਦੇ ਵੱਲੋਂ ਕੱਢਿਆ ਜਾ ਰਿਹਾ ਔਰ ਕਿਉਂ ਕੱਢਿਆ ਜਾ ਰਿਹਾ? ਮੈਂ ਗੁਰਪ੍ਰੀਤ ਕੌਰ ਬਲਾਕ ਪ੍ਰਧਾਨ ਹਾਂ। ਸਾਡੀ ਹਰਗੋਬਿੰਦ ਕੌਰ ਗਰੁੱਪ ਯੂਨੀਅਨ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ। ਸਾਡੇ ਕੋਲ 3 ਤੋਂ 6 ਸਾਲ ਦੇ ਬੱਚੇ ਪ੍ਰੀ ਪ੍ਰਾਇਮਰੀ ਕਲਾਸਾਂ 'ਤੇ ਲੈ ਲਏ ਸੀ, ਪਰ ਨੋਟੀਫਿਕੇਸ਼ਨ ਹੋ ਚੁੱਕਾ, ਪਰ ਅਜੇ ਤੱਕ ਸਾਨੂੰ ਸਰਕਾਰ ਬੱਚੇ ਨਹੀਂ ਵਾਪਸ ਮੋੜੇ, ਨਾ ਸਕੂਲਾਂ ਵਾਲਿਆਂ ਨੇ ਬੱਚੇ ਵਾਪਸ ਮੋੜੇ। ਉਸ ਤੋਂ ਬਾਅਦ ਬਾਕੀ ਸਾਰੀਆਂ ਸਟੇਟਾਂ ਨੇ ਸਾਰੀਆਂ 11,500 ਰੁਪਏ ਹਰਿਆਣਾ ਸਰਕਾਰ ਪੈਟਰਨ 'ਤੇ ਦੇ ਰਹੀ ਆ। ਜੇ ਅਸੀਂ ਮੰਗ ਰਹੇ ਕਿ ਉਹੀ ਹਰਿਆਣਾ ਪੈਟਰਨ ਸਾਨੂੰ ਦਿਓ, ਜਿਹਨਾਂ 'ਚ ਸਰਕਾਰ ਕੇਂਦਰ ਸਰਕਾਰ ਸਾਨੂੰ ਸਰਕਾਰੀ ਮੁਲਾਜ਼ਮ ਦਰਜਾ ਨਹੀਂ ਦਿੰਦੀ। ਪਰ ਜਿਹੜੀ ਸਾਡੀ ਸਰਕਾਰ ਹੈ ਇੰਨੀ ਬੋਲੀ ਹੋਈ ਆ, ਇਹਨੂੰ ਕੁਝ ਨਹੀਂ ਪਤਾ ਲੱਗ ਰਿਹਾ। 93 ਦਿਨ ਤੋਂ ਸਾਡੀਆਂ ਆਂਗਣਵਾੜੀ ਵਰਕਰਾਂ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਧਰਨੇ 'ਤੇ ਰਾਤ ਦਿਨ ਬੈਠੀਆਂ ਹੋਈਆਂ ਨੇ, ਪਰ ਇਹ ਸਰਕਾਰ ਦੇ ਕੋਈ ਕੰਨ 'ਤੇ ਜੂ ਨਹੀਂ ਸਰਕੀ ਅਜੇ ਤੱਕ। ਇਹਨਾਂ ਤੋਂ ਅੱਜ ਦੁਖੀ ਹੋ ਕੇ ਅਸੀਂ ਅੱਜ ਰੋਸ ਮਾਰਚ ਕੱਢ ਰਹੇ ਹਾਂ। ਇਹ ਜੋ ਹਰਿਆਣਾ ਪੈਟਰਨ ਦੀ ਤੁਸੀਂ ਗੱਲ ਕਰਦੇ ਹੋ, ਹਰਿਆਣਾ ਪੈਟਰਨ 'ਚ ਔਰ ਪੰਜਾਬ ਪੈਟਰਨ 'ਚ ਕਿੰਨਾ ਫਰਕ ਹੈ? ਉਹ ਇਹ 5,500 ਦੇ ਰਹੇ ਆ ਸੈਂਟਰ, ਅਤੇ ਹਰਿਆਣਾ ਉਹ 11,500 ਦੇ ਰਹੇ ਆ। ਅੱਧੋ ਅੱਧ ਦਾ ਫਰਕ ਆ ਦੋਵਾਂ ਦਾ। ਕੰਮ ਸਾਡੇ ਕੋਲ ਵੀ ਇਹੀ ਲੈ ਰਹੇ, ਇਹ ਵੀ ਇਹੀ ਲੈ ਰਹੇ ਆ। ਸਾਡੀ ਅਗਲੀ ਰਣਨੀਤੀ ਹੈ ਵੀ ਪੰਜਾਬ ਲੈਵਲ 'ਤੇ ਅਸੀਂ MLA ਸਾਰਿਆਂ ਦੇ ਕੋਠੀਆਂ ਦਾ ਘਿਰਾਓ ਕਰਾਂਗੇ, ਅਤੇ ਉਸ ਦਿਨ ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ। ਉਸ ਤੋਂ ਬਾਅਦ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, 14 ਤੋਂ 19 ਤੱਕ ਅਸੀਂ ਫਿਰ ਇਸੇ ਤਰ੍ਹਾਂ ਹੀ ਉਹਨਾਂ ਦੇ ਘਰ ਮਰਨ ਵਰਤ 'ਤੇ ਬੈਠਾਂਗੇ, ਬੱਚੇ ਲੈ ਕੇ ਕੈਬਨਿਟ ਮੰਤਰੀਆਂ ਦੇ ਘਰਾਂ ਦੇ। ਭੁੱਖ ਹੜਤਾਲ ਕਰਨ ਜਾ ਰਹੇ ਹੋ, ਇਹ 1 ਦਿਨ ਦੀ ਭੁੱਖ ਹੜਤਾਲ? ਹਾਂਜੀ, 6 ਤਰੀਕ ਨੂੰ, ਉਸ ਤੋਂ ਬਾਅਦ 14 ਤੋਂ 19 ਤੱਕ ਸਾਡਾ ਇਹ ਮੁੜ ਕੇ ਸਾਡਾ ਹੈਗਾ ਇਹ ਪ੍ਰੋਗਰਾਮ।